ਸਸ਼ੀਕਾਲ ਜੀ ਤੁਸੀਂ ਲੋਕਰੇ ਸਸ਼ੀਕਾਲ ਜੀ ਤੁਸੀਂ ਲੋਕਰੇ ਟੀਵੀ ਨਾਲ ਜੁੜੇ ਹੋਇਆ ਮੈਂ ਹਾਂ ਪਰਮਿੰਦਰ ਸਿੰਘ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾਂਦਾ ਜਿੱਥੇ ਕਿ ਬੰਦੀ ਜਿਹੜੇ ਸਿੰਘ ਹੈ ਉਹ ਰਿਹਾ ਕੇ ਆਉਂਦੇ ਨੇ ਭਾਈ ਗਰਦੀਪ ਸਿੰਘ ਖੇੜਾ ਉਹ ਵੀ ਸਟੇਜ ਦੇ ਉੱਤੋਂ ਬੋਲਦੇ ਨੇ ਭਾਈ ਅੰਬਰਪਾਲ ਬਾਰੇ ਬੋਲਦੇ ਨੇ ਅਤੇ ਹੋਰ ਵੀ ਕਾਫੀ ਕੁਝ ਬੋਲਦੇ ਨੇ ਨਾਲ ਸੁਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਬੋਲਦੇ ਨੇ ਕਿ ਕੌਣ ਪੰਥ ਦੇ ਵਿੱਚ ਗਦਾਰਕ ਕੌਣ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਲਾ ਰਿਹਾ ਹੈ ਮੇਰੇ ਨਾਲ ਗੱਲਬਾਤ ਕਰਨ ਲਈ ਜਸਕਰਤ ਸਿੰਘ ਕਾਨ ਸਿੰਘ ਆਲਾ ਮੌਜੂਦ ਨੇ ਗੱਲਬਾਤ ਕਰਦੇ ਆਂ ਕਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਰਾਏ ਟੀਵੀ ਸਰਦਾਰ ਅਪਨੰਦਰ ਸਿੰਘ ਜੀ ਪੂਰੀ ਸਿੱਖ ਕੌਮ ਪੰਥ ਤੇ ਪੰਜਾਬ ਕਰਨ ਵਾਲੇ ਦੇਸ਼ਾਂ-ਵਦੇਸ਼ਾਂ ਵਿੱਚ ਵੱਸਦੇ ਸਾਰੇ ਸਿੰਘਾਂ ਨੂੰ ਗੁਰੂ ਨਾਨਕ ਨਾਮ ਲੈਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਨਾਲ ਪਿਛਲੇ ਦਿਨੀ ਇੱਕ ਵੱਡਾ ਇਕੱਠ ਹੁੰਦਾ ਸ਼੍ਰੋਮਣੀ ਅਕਾਲੀ ਦਲ ਇੱਕ ਇਕੱਠ ਕਰਦਾ ਉਦੋਂ ਤੇ ਬੰਦੇ ਜਿਹੜੇ ਸਿੰਘ ਨੇ ਰਿਆ ਹੋ ਕੇ ਆਉਂਦ ਨੇ ਭਾਈ ਗਰਦੀਪ ਸਿੰਘ ਖੇੜਾ ਬੇਸ਼ੱਕ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਕਿਹਾ ਕਿ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਕੌਮ ਨੇ ਜਾਂ ਉਹਨਾਂ ਨੇ ਕਿਹਾ ਕਿ ਜਿਹੜੇ ਅੱਜ ਸਿੱਖੀ ਦੀ ਗੱਲ ਕਰਦੇ ਨੇ ਉਹ ਅੱਜ ਚਾਰ ਲੱਤਾਂ ਵਾਲੀ ਕੁਰਸੀ ਦੇ ਵਿੱਚ ਉਹਨਾਂ ਨੇ ਸਿਰ ਦੇ ਲੈ ਜਾ ਕੇ ਕਿਵੇਂ ਵੇਖਦੇ ਹੋ ਸਭ ਤੋਂ ਪਹਿਲਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰ ਗੱਲਬਾਤ ਕੀਤੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਇਹ ਬਾਦਲ ਦਲ ਹੈ ਇਸ ਨੂੰ ਸਿਰਫ ਸੁਖਵੀਰ ਸਿੰਘ ਬਾਦਲ ਜੀ ਬੀਬਾ ਹਰਸਿਮਰਤ ਕੌਰ ਤੇ ਮਜੀਠੀਆ ਸਾਹਿਬ ਹੀ ਚਲਾਉਂਦੇ ਆ ਤੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਲਾਉਂਦੇ ਸੀ ਇਸ ਕਰਕੇ ਇਹ ਬਾਦਲ ਦਲ ਹੈ ਤੇ ਇਹਨੂੰ ਸ਼੍ਰੋਮਣੀ ਕਾਲੀ ਦਲ ਕਹਿਣਾ ਕੋਈ ਅੱਛੀ ਗੱਲ ਨਹੀਂ ਹੈ ਤੇ ਦੂਜੇ ਪਾਸੇ ਸਰਦਾਰ ਖਹਿੜਾ ਸਾਹਿਬ ਜਿਹੜੇ ਬੜੀ ਕੁਰਬਾਨੀ ਵਾਲੇ ਨੇ ਬੜੀ ਚੜ੍ਹਦੀ ਕਲਾ ਵਾਲੇ ਨੇ ਪੰਥ ਕੌਮ ਉਹਨਾਂ ਤੇ ਮਾਨ ਕਰਦੀ ਐ ਅਸੀਂ ਵੀ ਮਾਨ ਕਰਦੇ ਆ ਮੈਂ ਉਹਨਾਂ ਬਾਰੇ ਜ਼ਿਆਦਾ ਤਾਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਬਾਦਲ ਦਲ ਦੀ ਸਟੇਜ ਤੇ ਜਾਣਾ ਨਹੀਂ ਚਾਹੀਦਾ ਸੀ ਜਿੰਨਾ ਦੇ ਲਫਾਫੇ ਦੇ ਵਿੱਚੋਂ ਜਥੇਦਾਰ ਨਿਕਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਨ ਵਾਲਾ ਸਰਸਿਆਲਾ ਸਾਧ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਨੂੰ ਉਂਗਲੀਆਂ ਵਿੱਚ ਰੋਲਤਾ ਦੋ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਸਰਾਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਕਹਿ ਦਿੱਤਾ ਕਿ ਜੇ ਗੁਰੂ ਤੁਸੀਂ ਲੱਭ ਲੋਗੇ ਧਮਕੀ ਪੱਤਰ ਲਾਤੇ ਦੇ 10 ਲੱਖ ਦਾ ਨਾਮ ਸਲਾਬਤਪੁਰ ਦੇ ਡੇਰੇ ਵਿੱਚ ਲੈ ਜਾ ਜੇ ਤੇ ਫੇਰ ਤੁਹਾਡੇ ਪ੍ਰਚਾਰਕਾਂ ਦੇ ਕੋਈ ਪੱਲੇ ਨਹੀਂ ਕੁਛ ਤੇ ਅਸੀਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਾਂਗੇ ਤੇ ਉਹਨਾਂ ਨੇ ਕਰਕੇ ਵਿਖਾਤੀ ਤੇ ਜਿਹੜੀ ਉਸ ਨੂੰ ਪੁਸ਼ਤ ਪਨਾਹੀ ਦਿੰਦਾ ਹੋਵੇ ਉਹਨਾਂ ਦੀਆਂ ਸਟੇਜਾਂ ਤੋਂ ਜਾ ਕੇ ਬੋਲ ਦੇਣਾ ਤੇ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆ ਮਾਫੀ ਦੇ ਦੇਣੀ ਉਹ ਸਟੇਜ ਤੇ ਜਾਣਾ ਹੀ ਨਹੀਂ ਸੀ ਚਾਹੀਦਾ ਇਸ ਲਈ ਜਿੱਥੋਂ ਤੱਕ ਸਰਦਾਰ ਸਾਹਿਬ ਕਹਿ ਰਹੇ ਨੇ ਖੇੜਾ ਸਾਹਿਬ ਕਿ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਰਿਹਾ ਕੀਤਾ 2016 ਦੇ ਵਿੱਚ ਜੇਲ੍ਹ ਤੋਂ ਦਿੱਲੀ ਕਰਾਈ ਆ ਇਸ ਕਰਕੇ ਬੰਦੀ ਸਿੰਘ ਦਾ ਜਿਹੜਾ ਮੋਰਚਾ ਹੈ ਸੱਚ ਸੱਚ ਹੁੰਦਾ ਝੂਠ ਝੂਠ ਹੁੰਦਾ ਬਾਣੀ ਵੀ ਕਹਿੰਦੀ ਏ ਕੋਡ ਨਖੁੱਟੇ ਨਾਨਕਾ ਔੜਕ ਸੱਚ ਰਹੀ ਤੇ ਸਭ ਤੋਂ ਪਹਿਲਾਂ ਬੰਦੀ ਸਿੰਘ ਦਾ ਮੋਰਚਾ ਆਪਣਾ ਗੁਰਬਖਸ਼ ਸਿੰਘ ਨੇ ਲਾਇਆ ਤੇ ਗੁਰਬਖਸ਼ ਸਿੰਘ ਨੂੰ ਭਰੋਸਾ ਦੇ ਕੇ ਤੇ ਜਥੇਦਾਰ ਨੇ ਭੁਖੜ ਹਟਾਲ ਤਲਵਾ ਦਿੱਤੀ ਤਾਂ ਉਸ ਤੋਂ ਬਾਅਦ ਜਿਹੜਾ ਵਾਅਦਾ ਕੀਤਾ ਸੀ ਉਸ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੁੱਕਰ ਗਈ ਤੇ ਫੇਰ ਉਹਨੂੰ ਸ਼ਹਾਦਤ ਦੇਣੀ ਪਈ ਤੇ ਫੇਰ ਉਹਦਾ ਪੰਥ ਦੇ ਚੋਂ ਖਿਹੜਾ ਛੁੱਟਿਆ ਉਸ ਤੋਂ ਬਾਅਦ ਕੁਝ ਸਿੰਘਾਂ ਦੀਆਂ ਜਬਾਨਤਾਂ ਤੇ ਆਉਣੇ ਸ਼ੁਰੂ ਹੋਏ ਉਹ ਕਿਤੇ ਕਰਕੇ ਹੋਏ ਉਹ ਜੇ ਸੰਘਰਸ਼ ਚਲਾਇਆ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਜੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਰਿਆ ਕਰਨੇ ਹੁੰਦੇ ਤੇ ਫੇਰ ਆਪਣੇ ਉਹਨਾਂ ਨੂੰ ਗੁਰਬਖਸ਼ ਨੂੰ ਸ਼ਹਾਦਤ ਕਿਉਂ ਦੇਣੀ ਪਈ ਉਹ ਕਿਉਂ ਮੁਹੱਲੀ ਬੈਠੇ ਉਸ ਤੋਂ ਬਾਅਦ ਇਸ ਪੂਰਤੀ ਨੂੰ ਬੈਠ ਕੇ ਜਿਨ੍ਹਾਂ ਦੇ ਵਿੱਚ ਅਸੀਂ ਰਹੇ ਹਾਂ ਲਗਾਤਾਰ ਤੇ ਫਿਰ ਉਹ ਸੰਘਰਸ਼ ਦੇ ਵਿੱਚੋਂ ਫਿਰ ਬਾਪੂ ਸੂਰ ਸਿੰਘ ਜਿਹੜੇ ਲਗਾਤਾਰ ਸੰਘਰਸ਼ ਲੜਦੇ ਰਹੇ ਲੜਨ ਤੋਂ ਬਾਅਦ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਾਨੂੰ ਫੜਦੀ ਰਹੀ ਸਾਡੇ ਰਸਤੇ ਰੋਕਦੀ ਰਹੀ ਸਾਡੇ ਤੇ ਜ਼ੁਲਮ ਕਰਦੀ ਰਹੀ ਤੇ ਫਿਰ ਸਾਡਾ ਇਕੱਠ ਹੀ ਨਹੀਂ ਹੋਣ ਦਿੰਦੇ ਸੀ ਤੇ ਫਿਰ ਵੀ ਅਸੀਂ ਜਦੋਂ ਟੇਬਲ ਤੇ ਬੈਠੇ ਸਾਰੇ ਜਾਣੇ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਮੇਰੇ ਆਇ ਨਹੀਂ ਕਰ ਸਕਦਾ ਤੇ ਉਸ ਵੇਲੇ ਜਗਪਾਲ ਸਿੰਘ ਜਿਹੜੇ ਸੀਗੇ ਸੈਕਟਰੀ ਹੋਮ ਸੀਗੇ ਉੱਥੇ ਜਦੋਂ ਬੈਠ ਕੇ ਉਸ ਵੇਲੇ ਦਵਿੰਦਰ ਪਰ ਭੁੱਲਰ ਦੇ ਧਰਮ ਪਤਨੀ ਬੀਬੀ ਜੀ ਸੀ ਤੇ ਗੁਰਦੀਪ ਸਿੰਘ ਬਠਿੰਡਾ ਸੀ ਮੈਂ ਸੀ ਚੀਮਾ ਸਾਹਿਬ ਸੀ ਸਾਰੀ ਟੀਮ ਸੀ ਉੱਥੇ ਬੈਠ ਕੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਤੇ ਇਹ ਤਾਂ ਜੀ ਕਾਨੂੰਨੀ ਨੁਕਤਾ ਹੈ ਤੇ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ ਤੇ ਅਸੀਂ ਆਖਿਆ ਇੱਕ ਕਾਨੂੰਨੀ ਲੜਾਈ ਨਹੀਂ ਬਾਦਲ ਸਾਹਿਬ ਇਹ ਲੜਾਈ ਹੈ ਪੋਲਿਟਿਕਲ ਇਹ ਹੈਗਾ ਰਾਜਸੀ ਕੈਦੀ ਤੇ ਫਿਰ ਉਹ ਕਹਿੰਦਾ ਮੈਂ ਤਾਂ ਰਿਆ ਨਹੀਂ ਕਰ ਸਕਦਾ ਤੇ ਅਸੀਂ ਆਖਿਆ ਫਿਰ ਤੁਹਾਡੇ ਨਾਲ ਗੱਲ ਕੀ ਕਰਨੇ ਉੱਠ ਕੇ ਚਲੇ ਆਏ ਫਟਾਫਟ ਪ੍ਰਕਾਸ਼ ਸਿੰਘ ਬਾਦਲ ਦੇ ਹੱਥੀਪਾਰੀ ਪੈ ਗਈ ਬੈਠੋ 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 ਅਸੀਂ ਆਖਿਆ ਜਿਹੜੇ ਜੋਧਪੁਰ ਦੇ ਜਿਹੜੇ ਸਿੰਘ ਆਏ ਆ ਕੈਦੀ ਸੀ ਦਰਬਾਰ ਸਾਹਿਬ ਤੇ ਜਦੋਂ ਹਮਲਾ ਕੀਤਾ ਦਰਬਾਰ ਸਾਹਿਬ ਢਾਇਆ ਗੱਲਾਂ ਚ ਟਾਇਰ ਪਾਏ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹਦੇ ਨਾਲ ਸਾਂਸੀ ਭਾਜਪੀ ਨਾਲ ਸਭ ਤੋਂ ਪਹਿਲਾਂ ਉਹਨਾਂ ਨੇ ਯਾਰੀ ਪਾਈ ਆਰਐਸਐਸ ਨਾਲ ਯਾਰੀ ਪਾਈ ਅਡਵਾਨੀ ਨੇ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਇੰਦਰਾ ਗਾਂਧੀ ਤੋਂ ਦੁਰਗਾ ਮਾਤਾ ਚੰਗਾ ਸਿੱਖਾਂ ਨੂੰ ਸਭ ਕੁਝ ਸਿਖਾਇਆ ਉਸ ਦਿਨ ਨੇ ਯਾਰੀ ਪਾਈ ਪ੍ਰਕਾਸ਼ ਸਿੰਘ ਬਾਦਲ ਨੇ ਉਸ ਤੋਂ ਸਾਰਿਆਂ ਨੇ ਉਸ ਯਾਰੀ ਦੇ ਵਿੱਚ ਜਦੋਂ ਦਰਬਾਰ ਸਾਹਿਬ ਢਾ ਦਿੱਤਾ ਤੇ ਫਿਰ ਅਸੀਂ ਆਖਿਆ ਵੀ ਉਹ ਜਿਹੜੇ ਸਿੰਘ ਸੀ ਜਿਹੜੇ ਜੋਧਪੁਰ ਜੈਲ ਚ ਗਏ ਆ ਐਨਐਸਏ ਲੱਗੀ ਆ ਤੇ ਫਿਰ ਉਹ ਟੇਬਲ ਤੇ ਆਏ ਆ ਉਹ ਫਿਰ ਟੇਬਲ ਤੇ ਜਿਹੜੇ ਜੋਧਪੁਰ ਸੀ ਉਹ ਅਦਾਲਤ ਨਾਲ ਥੋੜੀ ਨਿਕਲੇ ਆ ਉਹ ਟੇਬਲ ਤੇ ਗੱਲ ਕੀਤਿਆ ਰਜੀਵ ਲੋਂਗੋਵਾਲ ਅਕੋਰਡ ਹੋਇਆ ਉਹਦੇ ਤਹਿਤ ਉਹ ਰਿਹਾ ਏ ਤੇ ਫਿਰ ਇਹ ਸਿਆਸੀ ਕਹਿੰਦੇ ਬੈਠੋ ਜੀ ਫਿਰ ਬੈਠ ਕੇ ਫਿਰ ਅਸੀਂ ਕੁਝ ਸਿੰਘਾਂ ਦੀ ਜੇਲ੍ਹ ਤਬਦੀਲੀ ਕਰਾਈ ਖੈੜਾ ਸਾਹਿਬ ਦੀ ਜੇਲ੍ਹ ਤਬਦੀਲੀ ਆ ਜਿਹੜੀ ਟੀਮ ਬੈਠੀ ਆ ਸਾਰੀ ਬਾਪੂ ਸੂਰ ਸਿੰਘ ਵਲੇ ਉਦੋਂ ਖੜਾ ਹਸਵਾ ਹੀ ਨਹੀਂ ਤਾਂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ ਤੇ ਸੁਖਵੀਰ ਸਿੰਘ ਬਾਦਲ ਤੋਂ ਹੋਮ ਹੋਮ ਮਿਨਿਸਟਰ ਸੀ ਜੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੁੰਦੀ ਤੇ ਬਾਪੂ ਸੂਰ ਸਿੰਘ ਫਿਰ ਐਵੇਂ ਭੁਖੜਤਾਲ ਤੇ ਬੈਠ ਗਿਆ ਫਿਰ ਮੈਨੂੰ ਦੱਸੋ ਬਾਪੂ ਸੂਰ ਸਿੰਘ ਨੂੰ ਬੰਦੀ ਬਣਾ ਕੇ ਕਿਨੇ ਰੱਖਿਆ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਬਾਪੂ ਸੂਰ ਸਿੰਘ ਨੂੰ ਘਰੋਂ ਕਿਉਂ ਨਹੀਂ ਨਿਕਲ ਦਿੰਦਾ ਪ੍ਰਕਾਸ਼ ਸਿੰਘ ਬਾਦਲ ਬਾਪੂ ਸੂਰ ਸਿੰਘ ਤੇ ਜਬਰੀ ਉਹਦੇ ਨੱਕ ਦੇ ਵਿੱਚ ਨਾਲੀਆਂ ਲਾ ਕੇ ਕਿਹੜੀ ਪੁਲਿਸ ਕਰਦੀ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਤੇ ਫਿਰ ਇਹ ਜਿਹੜੇ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੋਈ ਹੈ ਭਾਜੀ ਦਵਿੰਦਰਪਾਲ ਭੁੱਲਰ ਸਾਹਿਬ ਦੀ ਤਬਦੀਲੀਆਂ ਹੋਈਆਂ ਇਹ ਹੋਈਆਂ ਸੰਘਰਸ਼ ਦੇ ਵਿੱਚੋਂ ਇਹ ਜਿਹੜੀਆਂ ਜਵਾਨਤਾ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਜਾਂ ਦੇਹਲ ਤਬਦੀਲੀਆਂ ਹੋਈਆਂ ਇਹ ਬਾਪੂ ਸੂਰ ਸਿੰਘ ਦਾ ਮੋਰਤਾ ਜਿਹੜਾ ਬਗਰਾੜੀ ਮੋਰਚਾ ਲੱਗਿਆ ਸੀ ਉਹਦੇ ਵਿੱਚ ਪਹਿਲਾਂ ਪ੍ਰੋਲ ਸੀ ਹੁਣ ਕਹਿੰਦੇ ਪ੍ਰੋਲ ਨਾਲ ਕਿਵੇਂ ਆ ਜਾਂਦੇ ਆ ਪਹਿਲਾਂ ਜਿਹੜੀ ਪ੍ਰੋਲ ਹੁੰਦੀ ਸੀ ਜਿਹੜਾ ਬੰਦਾ ਜਿਹਦੇ ਕੋਲ ਜ਼ਮੀਨ ਸੀ ਉਹ ਜਿਹੜੀ ਪ੍ਰੋਲ ਤੇ ਆਉਂਦਾ ਹੁੰਦਾ ਸੀ ਉਹ ਉਹ ਹੁੰਦਾ ਹੈ 42 ਦਿਨ ਲਈ ਤੇ ਜਿਹੜੇ ਬੰਦੇ ਕੋਲੇ ਬੇਜਮੀਨਾ ਸੀ 21 ਦਿਨ ਲਈ ਤੇ ਜਦੋਂ ਬਗਰਾੜੀ ਮੋਰਚਾ ਲੱਗਿਆ ਜਦੋਂ ਦਿਲਬਾਖ ਸਿੰਘ ਬਾਗਾ 25 ਸਾਲ ਬਾਅਦ ਟਾਡਾ ਦੇ ਕੇਸ ਦੇ ਵਿੱਚੋਂ ਰਿਹਾ ਕਰਕੇ ਲੈਂਦਾ ਹੈ ਤੇ ਫਿਰ ਭਾਈ ਉਦੋਂ ਫਿਰ ਕੀ ਸ਼ੁਰੂ ਹੋਇਆ ਵੀ ਜਿਹੜੇ ਬੰਦੀ ਸਿੰਘਾਂ ਨੂੰ ਰਾਤ ਦਿਨ ਲਈ ਨਾ ਹੁਣ ਫਿਰ ਪ੍ਰੋਲ 3 ਮਹੀਨੇ ਉਹ 90 90 ਦਿਨ ਦੀ ਸ਼ੁਰੂ ਹੋਈ ਹੈ ਇਹ ਉਸ ਵੇਲੇ ਇਹ ਸੰਘਰਸ਼ ਨੇ ਐਡਾ ਵੱਡਾ ਅੱਜ ਤੱਕ ਮੈਨੂੰ ਕਿਸੇ ਵੀ ਸਟੇਟ ਦੇ ਵਿੱਚ ਇਹ ਵੇਖੋ ਕਿਸੇ ਬੰਦੇ ਨੂੰ 90 ਦਿਨ ਦੀ 3 ਮਹੀਨੇ ਦੀ ਪ੍ਰੋਲ ਮਿਲਦੀ ਹੋਵੇ ਤੇ ਜੇ ਬੰਦੀ ਸਿੰਘ ਚੌਣ ਐਸੇ ਹਾਲਾਤ ਉਹਨਾਂ 6 ਮਹੀਨੇ ਇਕੱਠੇ ਵੀ ਰਹਿ ਸਕਦਾ ਹੈ ਇਹ ਪ੍ਰੋਲ ਸਿਸਟਮ ਉਸ ਸੰਘਰਸ਼ ਦੇ ਵਿੱਚੋਂ ਨਿਕਲਿਆ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮਜਬੂਰ ਕਰ ਦਿੱਤਾ ਇਸ ਸੰਘਰਸ਼ ਨੇ ਬਾਪੂ ਸੂਰ ਸਿੰਘ ਵਾਲੇ ਨੇ ਕਿ ਖਹਿੜਾ ਸਾਹਿਬ ਦੀ ਜੇਲ੍ਹ ਤੋਂ ਬਦਲੀ ਕਰੀਏ ਆਪਣੀ ਜਿਹੜੀ ਦੂਸਰੀ ਆਪਣੇ ਇਹਨਾਂ ਸਿੰਘਾਂ ਦੀ ਜਿਹੜੀ ਪ੍ਰੋਲ ਸਿਸਟਮ ਹੈ ਉਹਦੇ ਚ ਆਵੇ ਉਸੇ ਤਹਿਤ ਹੀ ਭਾਈ ਲਖਵਿੰਦਰ ਸਿੰਘ ਪਾਈ ਸ਼ਮਸ਼ੇਰ ਸਿੰਘ ਹੁਣ ਅਗਲੇ ਕਹਿਣਗੇ ਆ ਹੁਣ ਜਿਹੜੀ ਭਾਈ ਗਰਮੀਤ ਸਿੰਘ ਦੀ ਪ੍ਰੋਲ ਪੱਕੀ ਪ੍ਰੋਲ ਆਈ ਐ ਪਵਾ ਪੱਕੀ ਰਿਹਾਈ ਤਾਂ ਨਹੀਂ ਮੇਰੇ ਪੱਕੀ ਪ੍ਰੋਲ ਆਈ ਐ ਪੱਕੀ ਪ੍ਰੋਲ ਕਾਦੇ ਕਰਕੇ ਆਈ ਐ ਇਹ ਕੌਮੀ ਇਨਸਾਫ ਮੋਰਚਾ ਲੱਗਿਆ ਐ ਇਹ ਤਾਦਾਈ ਐ ਐਵੇਂ ਨਹੀਂ ਆਈ ਕਾਨੂੰਨੀ ਲੜਾਈ ਤਾਂ ਕੀ ਐ ਕਾਨੂੰਨ ਇਹਨਾਂ ਦੇ ਐ ਸਾਰਾ ਕੁਝ ਇਹਨਾਂ ਦਾ ਐ ਇਸ ਕਰਕੇ ਇਹ ਜਿਹੜਾ ਇਹੋ ਜਿਹੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਜੇ ਪ੍ਰਕਾਸ਼ ਸਿੰਘ ਬਾਦਲ ਨੇ ਰਿਆ ਕਰ ਫਿਰ ਤੁਸੀਂ ਦੱਸੋ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਜੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸਾਡਾ ਤੋਸ਼ਾਖਾਨਾ ਲੁੱਟਿਆ ਗਿਆ ਉਹ ਤਾਂ ਵਾਪਸ ਨਹੀਂ ਲੈ ਕੇ ਆਂਦਾ ਸਾਡੀ ਸਿੱਖ ਫਰਸ ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਏ ਉਹ ਤਾਂ ਲਿਆਂਦਾ ਨਹੀਂ ਤੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਤੇ ਕਰਨ ਕਰਾਉਣ ਵਾਲਿਆਂ ਨੂੰ ਅਜੇ ਸਜ਼ਾਵਾ ਨਹੀਂ ਦਿੱਤੀ ਮੈਨੂੰ ਸੁਖਬੀਰ ਸਿੰਘ ਬਾਦਲ ਤੇ ਸਾਰੇ ਬਾਦਲ ਦਲ ਨਿਊਟਰ ਲੋਕੇ ਪਾਰਟੀ ਬਜਿ ਤੋਂ ਪਰਟ ਕੇ ਇਹ ਮੈਨੂੰ ਦੱਸਣ ਵੀ ਜਿਹੜਾ ਜਸਪਾਲ ਸਿੰਘ ਚੌੜ ਸਿੱਧਮਾ ਉਹਨੂੰ ਗੋਲੀਆਂ ਕਿਹਨੇ ਮਾਰੀਆਂ ਕੀ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੀ ਦਰਸ਼ਨ ਸਿੰਘ ਲੋਹਾਰਾ ਜਿਹੜਾ ਨੂਰ ਮਹਿਲੀਆਂ ਦੇ ਚੱਕਰ 'ਚ ਲੁਧਿਆਣੇ 'ਚ ਬਹੁਤ ਵੱਡਾ ਇਕੱਠ ਹੋਇਆ ਸਾਰੇ ਸੀ ਉਹ ਕਿਸੇ ਦੇ ਵੀ ਵੱਜ ਸਕਦੀ ਸੀ ਦਰਸ਼ਕਾਂ 'ਤੇ ਲੋਹਾਰਾਂ ਨੂੰ ਗੋਲੀਆਂ ਕਿਨੇ ਮਾਰੀਆਂ ਦੱਸੋ ਕਿਹੜੀ ਸਰਕਾਰ ਨੇ ਕਿ ਪਾਕਿਸਤਾਨ ਦੀ ਸਰਕਾਰ ਨੇ ਗੋਲੀਆਂ ਮਾਰੀਆਂ ਕਿਰ ਜਰਮਨ ਨੇ ਤੇ ਅਮਰੀਕਾ ਨੇ ਮਾਰੀਆਂ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਵਾਲੇ ਮੁੰਡਾ ਕਸ਼ਮੀਰਾ ਸਿੰਘ ਪੰਡੋਰੀ ਰੁਕਮਾਨ ਸਾਡਾ ਯੂਥ ਦਾ ਜਰਨਲਿਸਟ ਸੀ ਤੇ ਉਹਨੂੰ ਗੋਲੀਆਂ ਕਿਨੇ ਮਾਰੀਆਂ ਪ੍ਰਕਾਸ਼ ਸਿੰਘ ਵਾਦਲ ਨੇ ਤਰਨਤਾਰਨ ਸੰਗ ਵਿੱਚ ਲਿਆ ਕੇ ਉਹਦੇ ਘਰੋਂ ਚੱਕ ਕੇ ਹੁਸ਼ਿਆਰਪੁਰ ਦੇ ਵਿੱਚ ਗੋਲੀਆਂ ਕਿ ਨਹੀਂ ਮਾਰੀਆਂ ਇਹਨਾਂ ਨੇ ਮਾਰੀਆਂ ਫਿਰ ਮੈਨੂੰ ਦੱਸੋ ਜਿਹੜੇ ਗੋਲੀਆਂ ਮਾਰਨ ਵਾਲੇ ਤਾਰੇ ਸਿੰਘਾਂ ਨੂੰ ਬੰਦੀ ਬਣਾਉਣ ਵਾਲੇ ਤੇ ਆ ਮੈਂ ਤੁਹਾਡੇ ਸਾਹਮਣੇ ਬੈਠਾ ਗੁਰਦੀਪ ਸਿੰਘ ਬਠਿੰਡਾ ਨੂੰ ਜਾ ਕੇ ਪੁੱਛ ਲੋ ਉਹਦੇ ਘਰੇ ਪਰਚਾ ਕਰਤਾ ਲੱਕੜਾਂ ਚੋਰੀ ਦਾ ਪਰਚਾ ਪਾਤਾ ਮੇਰੇ ਤੇ ਲੱਕੜਾਂ ਚੋਰੀ ਦਾ ਪਰਚਾ ਪਾਇਆ ਮੇਰੇ ਤੇ ਦੇਸ਼ ਤੋਰੀ ਦਾ ਪਰਚਾ ਪਾਇਆ ਕਿਉਂ ਪਾਇਆ ਦੱਸੋ ਮੇਰਾ ਪਰਿਵਾਰ ਬੇਟਾ ਤੀਜੀ ਮੰਜ਼ਲ ਤੋਂ ਡਿੱਗ ਪਿਆ ਮਰ ਜਾਣਾ ਸੀ ਬਚ ਗਿਆ ਕੁਦਰਤੀ ਫਿਰ ਤੁਸੀਂ ਦੱਸੋ ਇਹ ਸਾਰੇ ਸਿੰਘਾਂ ਦੇ ਉੱਤੇ ਢੱਢ ਪਰਚਾ ਪਾਇਆ ਹੈ ਤੇ ਫਿਰ ਕਿਹਨੇ ਪਾਇਆ ਪ੍ਰਕਾਸ਼ ਸਿੰਘ ਬਾਦਲ ਅਸੀਂ ਤਾਂ ਗੁਰੂਗ੍ਰੰਥ ਸਾਹਿਬ ਦੀ ਲੜਾਈ ਲੜਾਤੀ ਉਧਰ ਫਿਲਮ ਲੱਗੀ ਸੀ ਕਹਿੰਦੇ ਲੱਗਨੇ ਮੈਸੇਂਜਰ ਆਫ ਗੋਡ ਉਹਦੇ ਤਾਂ 11-11 ਬੰਦੇ ਰਾਖੀ ਕਰੀ ਜਾਂਦੇ ਸੀ ਵੀ ਹਰ ਆਖੀ ਕਿਤੇ ਇਹਦੇ ਬੋਰਡ ਨੂੰ ਕੁਛ ਨਾ ਹੋ ਜੇ ਤੇ ਸਾਨੂੰ ਫੜ ਕੇ ਅੰਦਰ ਕਰਦੇ ਸੀ ਤੁਸੀਂ ਦੱਸੋ ਜਿਹੜਾ ਕ੍ਰਿਸ਼ਨ ਭਗਵਾਨ ਤੇ ਗਰਜੀਤ ਸਿੰਘ ਸਰਾਵਾ ਨੂੰ ਗੋਲੀਆਂ ਕਿਹਨੇ ਮਾਰੀਆਂ ਪ੍ਰਕਾਸ਼ ਸਿੰਘ ਬਾਦਲ ਅਚ ਕੀ ਲੱਗਦਾ ਕਿ ਖੈਰਾ ਸਾਹਿਬ ਨੇ ਜਿਹੜੇ ਹੈਗੇ ਉਹਨਾਂ ਦੀ ਐਡੀ ਵੱਡੀ ਦੇਣ ਐ ਕੌਮ ਨੂੰ ਉਹ ਉਸ ਸਟੇਟ ਤੋਂ ਸਟੇਜ ਤੋਂ ਬੋਲ ਰਹੇ ਨੇ ਜਿੱਥੇ ਜਿਨ੍ਹਾਂ ਤੇ આરોਪ ਹੈ ਕਿ ਬੇਅਦਬੀ ਦਾ ਇਹ ਦੋਸ਼ੀ ਨੇ ਜਾਂ ਵਾਇਲ ਕਲਾ ਗੋਲੀ ਕਾਂਢਦੀ ਆਪਾਂ ਗੱਲ ਕਰ ਲਈਏ ਫਿਰ ਉਹ ਕਿਉਂ ਬੋਲ ਰਹੇ ਨੇ ਕੀ ਲੱਗਦਾ ਤੁਹਾਨੂੰ ਪਿੱਛੇ ਕੀ ਕਰਨ ਲੱਗਦੇ ਆ ਇਹਦੇ ਵੇਖੋ ਜੀ ਮੈਂ ਖੜਾ ਸਾਬਰੇ ਇੰਨੇ ਕਹਿਣਾ ਚਾਹਣਾ ਉਹਨਾਂ ਨੂੰ ਇਸ ਸਟੇਜ ਤੇ ਜਾਣਾ ਨਹੀਂ ਚਾਹੀਦਾ ਜੇ ਉਹ ਡੈਡੇ ਦੂਰ ਦੇਸੀ ਕੁਰਬਾਨੀ ਵਾਲੇ ਸੀ ਮੰਨਦੇ ਵੀ ਆ ਪਰ ਉਹਨੂੰ ਉਸ ਸਟੇਜ ਤੇ ਜਾਣਾ ਨਹੀਂ ਚਾਹੀਦਾ ਫਿਰ ਜੇ ਜਾਂਦੇ ਉਥੇ ਕਹਿੰਦੇ ਉੱਥੇ ਜਾ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਕਰਨ ਕਰਾਉਣ ਵਾਲੇ ਨੂੰ ਤੁਰੰਤ ਫੜਨਾ ਚਾਹੀਦਾ ਸੀ ਉੱਥੇ ਕਹਿੰਦੇ ਕਿ ਦਰਸ਼ਨ ਸਿੰਘ ਲੋਹਾਰਾ ਨੂੰ ਸੁਖਵੀਰ ਸਿੰਘ ਬਾਦਲ ਥੋੜੀ ਸਰਕਾਰ ਨੇ ਗੋਲੀਆਂ ਨਹੀਂ ਸੀ ਮਾਰਨੀਆਂ ਚਾਹੀਦੀਆਂ ਕਹਿੰਦੇ ਕਿਸੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਜਿਹੜਾ ਆਪਣਾ ਜਸਪਾਲ ਸਿੰਘ ਚੌੜ ਸਿੱਧਮਾ ਉਹਨੂੰ ਥੋੜੀ ਸਰਕਾਰ ਨੇ ਗੋਲੀਆਂ ਮਾਰੀਆਂ ਨਹੀਂ ਮਾਰਨੀਆਂ ਚਾਹੀਦੀਆਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਕਿ ਭਾਈ ਕ੍ਰਿਸ਼ਨ ਭਗਵਾਨ ਤੇ ਗਰਜੀਤ ਸਿੰਘ ਨੂੰ ਜਿਹੜੀਆਂ ਥੋੜੀ ਸਰਕਾਰ ਨੇ ਗੋਲੀਆਂ ਮਾਰੀਆਂ ਉਹਨੂੰ ਨਹੀਂ ਮਾਰਿਆ ਚਾਹੀਦਾ ਸੀ ਉਹਨੂੰ ਇਹ ਵੀ ਕਹਿਣਾ ਚਾਹੀਦਾ ਸੀ ਸਮੇਤ ਸਿੰਘ ਸੈਣੀ ਨੂੰ ਜਿਹੜਾ ਡੀਜੀਪੀ ਕਿਹਾ ਉਸੇ ਗੱਲ ਤੇ ਆਉਣਾ ਭਾਈ ਸਾਹਿਬ ਕੀ ਲੱਗਦਾ ਕਿ ਜਿਹੜੇ ਉਸ ਸਮੇਂ ਉਹ ਸਰਕਾਰਾਂ ਵਿੱਚ ਨਹੀਂ ਝੁਕੇ ਉਹ ਬਾਹਰ ਆ ਕੇ ਤੁਹਾਨੂੰ ਲੱਗਦਾ ਵੀ ਕਿਤੇ ਝੁਕ ਗਏ ਤੁਹਾਨੂੰ ਇਹ ਲੱਗਦਾ ਨਹੀਂ ਮੈਂ ਝੁਕਿਆ ਤਾਂ ਨਹੀਂ ਕਹਿੰਦਾ ਕੋਈ ਉਹਨਾਂ ਦੀ ਮੰਨ ਦੀ ਸੋਚ ਆ ਕਿਸੇ ਹਰ ਇੱਕ ਬੰਦਾ ਇੰਡੀਪੈਂਡੈਂਟ ਹੈ ਪਰ ਉਹਨਾਂ ਨੂੰ ਨਾ ਤਾਂ ਇੱਕ ਦੂਜੇ ਤੇ ਇਹੋ ਜੀ ਨੁਕਤਾ ਚ ਨਹੀਂ ਕਰਨੀ ਚਾਹੀਦੀ ਸੀ ਤੇ ਉਹਨੂੰ ਟੇਬਲ ਤੇ ਬੈਠ ਕੇ ਜੇ ਕੋਈ ਇਤਰਾਜ਼ ਸੀ ਉੱਥੇ ਬੈਠ ਕੇ ਸਿੱਖ ਕੌਮ ਨੇ ਸਾਡਾ ਹੱਥ ਵੀ ਨਹੀਂ ਫੜਿਆ ਕਿਸੇ ਵੇਲੇ ਵੀ ਨਾ ਜੀ ਜਦੋਂ ਉਹਨਾਂ ਨੂੰ ਟ੍ਰੇਨ ਚੋਂ ਆਏ ਆ ਬਾਹਰ ਲੈ ਕੇ ਹੁਣ ਗੁਰਦੀਪ ਸਿੰਘ ਬਠਿੰਡਾ ਤੇ ਸਾਰੇ ਕਰਨਾਟਕਾਂ ਚ ਵੀ ਗਏ ਆ ਸਾਰੇ ਹੁਣ ਰਨੇਕ ਸਿੰਘ ਪਾਪਾ ਨੂੰ ਜਦੋਂ ਰਿਆ ਕਰਾਇਆ ਜੈਪੁਰ ਮੈਂ ਜਾ ਕੇ ਗਿਆ ਉੱਥੇ ਉੱਥੋਂ ਜਦੋਂ ਰਿਪੋਰਟ ਰਜੈਕਟ ਹੋ ਗਈ ਹੈ ਉਹਦੀ ਰਿਪੋਰਟ ਰਿਪੋਰਟ ਰਜੈਕਟ ਕਰਤੀ ਸੀ ਕਿ ਵੀ ਇਹ ਨਾ ਰਿਆ ਹਣ ਤੇ ਬਗਰਾੜੀ ਮੋਰਚੇ ਦੇ ਦਬਾਅ ਕਰਨ ਸੁਖਚੈਨ ਸਿੰਘ ਸੀ ਕਮਿਸ਼ਨਰ ਲੁਧਿਆਣਾ ਦੁਬਾਰਾ ਰਿਪੋਰਟ ਕਰਾਈ ਹੈ ਦਵਿੰਦਰਪਾਲ ਪੁੱਲਦਰ ਦੀ ਸੇ ਰਿਵਾਸਤਵਾਸੀ ਕਮਿਸ਼ਨਰ ਆਪਣਾ ਅਮਰਸਰ ਉਹਦੀ ਰਿਪੋਰਟ ਰਿਜੈਕਟ ਕਰਤੀ ਸੀ ਵੀ ਇਹ ਨਹੀਂ ਰਿਹਾ ਹੋਣਾ ਚਾਹੀਦਾ ਫਿਰ ਦਬਾਅ ਪਾ ਕੇ ਉਹਦੀ ਰਿਪੋਰਟ ਪੋਜੀਟਿਵ ਕਰਾ ਕੇ ਉਹ ਸਾਰਾ ਕੁਝ ਕਰਾਇਆ ਜਿਹਦੀ ਲੜਾਈ ਅਸੀਂ ਲੜੀਏ ਤੇ ਲੜ ਰਹੇ ਆ ਇਹ ਕੋਈ ਸਾਲ ਨਹੀਂ ਕੀਤਾ ਅਸੀਂ ਸਾਰਿਆਂ ਦੀ ਲੜਾਈ ਲੜਨੀ ਆ ਅਸੀਂ ਹੁਣ ਵੀ ਭਾਈ ਰਾਜੋਵਾਨਾ ਸਾਹਿਬ ਦੀ ਭਾਈ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਸ਼ਮਸ਼ੇਰ ਸਿੰਘ ਆ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਜਗਤਾਰ ਸਿੰਘ ਤਾਰਾ ਅਸੀਂ ਲੜਾਈਓ ਲੜ ਰਹੇ ਆ ਲੜਾਂਗੇ ਸਾਡਾ ਰਾਈਟ ਹੱਕ ਆ ਉਹਨਾਂ ਨੇ ਬੋਲਦੇ ਹੋ ਕਿ ਹੈ ਕਿ ਅੰਬਰਤਪਾਲ ਨੇ ਜਿਹੜੀ ਗੱਲ ਕਰਦਾ ਸੀ ਖਾਲਿਸਤਾਨ ਦੀ ਇੱਕ ਵੱਖਰੇ ਰਾਜ ਦੀ ਜਿਹੜੀ ਗੱਲ ਕਰਦੇ ਸੀ ਉਹਨਾਂ ਨੇ ਸਿਰ ਕਿੱਥੇ ਦਿੱਤੇ ਉਹਨਾਂ ਦੇ ਲੋਕਾਂ ਦੇ ਸਿਰ ਦਵਾਉਣ ਦੀ ਗੱਲ ਕਰਦੇ ਸੀ ਦਿਸਰ ਦੇਣੇ ਪੈਣਗੇ ਆਪ ਤਾਂ ਕਹਿੰਦੇ ਉਹਨਾਂ ਨੇ ਜਿਹੜਾ ਸਿਰ ਆਚਾਰ ਲੱਤਾਂ ਦੀ ਕੁਸ਼ਤੀ ਜਿੱਤੇ ਤਾਂ ਜਾ ਕੇ ਜਦੋਂ ਸਾਡੀ ਜੱਜ ਗੱਲ ਨਾ ਸੁਣੀ ਸਾਡੀ ਗੱਲ ਪ੍ਰਾਈਮ ਮਿਨਿਸਟਰ ਨਾ ਸੁਣੇ ਸਾਲੀ ਗੱਲ ਪ੍ਰੈਜ਼ੀਡੈਂਟ ਨਾ ਸੁਣੇ ਸਾਡੀ ਗੱਲ ਚੀਫ ਮਿਨਿਸਟਰ ਸੁਣੇ ਨਾ 92 ਐਮਐਲਏ ਵੀ ਨਾ ਸੁਣਨ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨਾ ਸੁਣੇ ਸਾਡੀ ਗੱਲ ਮਿਨੋਰਟੀ ਕਮਿਸ਼ਨ ਨਾ ਸੁਣੇ ਜਦੋਂ ਸਾਡੇ ਸਾਰੇ ਰਸਤੇ ਬੰਦ ਹੋ ਜਾਣ ਤੇ ਜਮਹੂਰੀਅਤ ਦਾ ਰਾਈਟ ਹੈ ਅਸੀਂ ਧਰਨਾ ਵੀ ਲਾ ਸਕਦੇ ਹਾਂ ਮੁਜ਼ਾਹਰਾ ਵੀ ਕਰ ਸਕਦੇ ਹਾਂ ਸੜਕ ਵੀ ਜਾਮ ਕਰ ਸਕਦੇ ਹਾਂ ਟੇਬਲ ਤੇ ਵੀ ਗੱਲ ਕਰ ਸਕਦੇ ਹਾਂ ਤੇ ਫਿਰ ਜੇ ਸਾਡਾ ਰਸਤਾ ਨਾ ਹੋਇਆ ਅਸੀਂ ਕਿਹਾ ਸੀ ਗੁਰੂਗ੍ਰੰਥ ਸਾਹਿਬ ਅਗੇ ਅਰਦਾਸ ਕੀਤੀ ਸੀ ਕਿ ਜੇ ਸਾਡੇ ਸਿੰਘ ਨੂੰ ਤੁਸੀਂ ਨਾ ਰਿਹਾ ਕੀਤਾ ਨਾ ਗੱਲ ਸੁਣੀ ਤੁਸੀਂ ਅਮਰਤਪਾਲ ਨੂੰ ਵਖਵਦੀ ਕਹਿੰਨੇ ਹੋ ਅੱਤਵਾਦੀ ਕਹਿੰਨੇ ਹੋ ਹਾਰਡਲਾਈਨਰ ਕਹਿੰਨੇ ਹੋ ਤੇ ਜਦੋਂ ਕਿ ਨਾਮ ਅੱਤਵਾਦੀ ਜਾਂ ਨਾ ਵਖਵਦੀ ਜਾਂ ਨਾ ਹਾਰਡਲਾਈਨਰ ਹੈ ਤੁਸੀਂ ਤਾਂ ਸਾਰੀ ਸਿੱਖ ਕੌਮ ਨੂੰ ਕਹਿੰਦੇ ਸੀ ਦਰਬਾਰ ਸਾਹਿਬ ਟਾਇਆ ਓਦੋਂ ਅਮਰਪਾਲ ਤਾਂ ਨਹੀਂ ਬਾਹਰ ਹੈਗਾ ਜੇ ਦਰਬਾਰ ਸਾਹਿਬ ਟਾਇਆ ਗੱਲਾਂ ਚ ਟੈਰ ਪਾਇਆ ਧੀਆਂ ਪੈਣ ਦੀਆਂ ਬੇਪਤੀਆਂ ਕੀਤੀਆਂ ਜਦੋਂ ਸਿੰਘਾਂ ਨੂੰ ਬੰਦੀ ਸਿੰਘ ਬਣਾਇਆ ਭਾਈ ਜਗਤਾਰ ਸਿੰਘ ਹਵਾਰਾ ਦਾ ਸਾਰਿਆਂ ਨੂੰ ਬਿਆਨਤ ਚੀਫ ਮਿਨਿਸਟਰ ਜਿਹੜਾ ਬੁੱਤਰ ਸੀ ਮੇਰੇ ਸਾਹਮਣੇ ਉਹਨੇ ਜੈਤਿਰ ਕੌਕ ਨੂੰ ਸ਼ਹੀਦ ਕੀਤਾ ਹੈ ਉਦੋਂ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਦੋਵਰੀ ਰਹਿ ਚੁੱਕੀ ਐ 12 ਤੇ 17 ਚ ਜਥੇਦਾਰ ਕੌਕ ਨੂੰ ਜਿਹੜਾ ਸ਼ਹੀਦ ਕੀਤਾ ਸੀ ਅਸੀਂ ਰੌਲਾ ਪਾ ਰਹੇ ਸੀ ਚੁੱਪ ਕਰਕੇ ਉਹਨਾਂ ਨੂੰ ਅੰਦਰ ਕਰ ਦਿੰਦਾ ਉਹਨਾਂ ਨੂੰ ਫਾੜ ਹੀ ਲੈਂਦਾ ਉਦੋਂ ਤਾਂ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਤੇ ਫੇਰ ਸਾਡਾ ਹੱਕ ਪਤਾ ਕੀ ਐ ਜਮੂਰੀਅਤ ਦਾ ਅਸੀਂ ਕਿਹਾ ਸੀ ਐਮਪੀ ਬਣਾਵਾਂਗੇ ਫੇਰ ਭਾਈ ਉਹਨੂੰ ਐਮਪੀ ਸੰਗਤਾਂ ਨੇ ਬਣਾ ਦਿੱਤਾ ਇਸ ਕਰਕੇ 1999 ਦੇ ਵਿੱਚ 11 ਬਣਾਈ ਸੀ ਅਸੀਂ ਵੀ ਬਣ ਸਕਦੇ ਸੀ ਉਸ ਵਕਤ ਕਹਿੰਦੇ ਉਦੋਂ 11 ਬਣ ਕੇ ਨਹੀਂ ਕੁਝ ਹੋਇਆ ਤੇ ਹੁਣ ਦੋ ਦੋ ਜਿਹੜੇ ਦੋ ਬਣੇ ਉਹ ਕੀ ਕਰ ਦੇਣਗੇ ਫੇਰ ਆਪਾਂ ਮੰਗਦੇ ਤਾਂ ਕਿੰਨਾ ਤੂੰ ਆਂ ਜੇਲਾ ਚ ਅਸੀਂ ਜਾਈਏ ਫਾਸੀਆਂ ਤੇ ਅਸੀਂ ਚੜੀਏ ਘਰਨੇ ਅਸੀਂ ਲਈਏ ਮਜਾਰੇ ਅਸੀਂ ਕੱਤੀਏ ਕਾਲੇ ਪਾਣੀ ਅਸੀਂ ਲਈਏ 750 ਕਿਸਾਨਾਂ ਦੀਆਂ ਜਾਨਾਂ ਸਾਡੀਆਂ ਚਲੀਆਂ ਜਾਣ ਪ੍ਰੈਸ ਸਾਡੀ ਤੇ ਹਮਲਾ ਹੋ ਜਾਵੇ ਸੋਸ਼ਲ ਮੀਡੀਆ ਤੇ ਸਾਡੇ ਤੇ ਹਮਲਾ ਹੋ ਜਾਵੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦੇਣ ਧੀਆਂ ਪਹਨਾਂ ਦੇ ਬੇਪਤੀਆਂ ਸਾਡੀਆਂ ਕਰਦਣ ਚੰਡੀਗੜਾ ਸਾਡਾ ਲੁੱਟ ਲੈਣ ਫਾਈ ਕੋਟ ਸਾਡੀ ਲੈ ਜਾਣ ਹੈਡ ਵਰਕਸਾਂ ਦੇ ਕਬਜ਼ੇ ਸਾਡੇ ਕਰ ਲੈਣ ਭਾਵਾਂ ਦੇ ਹੱਕ ਸਾਡੇ ਕੋਲ ਖੋਣ ਤੇ ਤੇ ਫਿਰ ਐਮਪੀ ਮੋਦੀ ਬਣੂਗਾ ਫਿਰ ਕਾਂਗਰਸ ਨੂੰ ਦਰਬਾਰ ਸੌਟਾਉਣ ਲਈ ਫਿਰ ਗੁਰੂ ਸਾਹਿਬ ਦੀ ਬਿਆਦਵੀ ਕਰਨ ਵਾਲੇ ਉਹ ਪੰਜਾਬ ਦੇ ਵਾਰਸ ਬਣਨਗੇ ਸਰਸਲ ਸਾਧ ਨੂੰ ਬਿਨਾ ਮੰਗੀਆਂ ਮਾਫੀ ਦੇਣ ਵਾਲੇ ਉਹ ਪੰਜਾਬ ਦੇ ਵਾਰਸ ਬਣਨਗੇ ਵਾਰਸ ਅਸੀਂ ਬਵਾਣਗੇ ਕੁਰਸੀ 'ਚ ਸਿਰ ਨਹੀਂ ਪਸਾਇਆ ਕੁਰਸੀ ਦੇ ਨੂੰ ਥੱਲੇ ਰੱਖਿਆ ਸਿਰ ਪਸਾਉਣਾ ਹੁੰਦਾ ਕੁਰਸੀ ਦੇ ਉੱਤੇ ਰੱਖਿਆ ਇਸ ਕੁਰਸੀ ਤੇ ਬੈਠ ਕੇ ਜਿਹੜੇ ਸਾਡੇ ਤੇ ਜ਼ੁਲਮ ਕਰਦੇ ਆ ਉਸੇ ਕੁਰਸੀ ਤੇ ਬੈਠ ਕੇ ਤੇ ਅਸੀਂ ਤੇ ਖੈੜਾ ਸਾਹਿਬ ਦੀ ਵੀ ਨੂੰ ਬੇਨਤੀ ਆ ਕਿ ਉਹ ਉਹ ਵੀ ਕੁਰਸੀ ਤੇ ਬੈਠ ਸਕਦਾ ਹਨ ਉਹਨੂੰ ਕਿਸੇ ਨੇ ਸਿੱਖਣੇ ਰੋਕਿਆ ਤਾਂ ਨਹੀਂ ਮੈਂ ਕਿਹਾ ਸੀ ਭਾਈ ਜਗਤਾਰ ਸਿੰਘ ਹਵਾਰਾ ਫਰੋਜਪੁਰ ਦੀ ਚੋਣ ਲੜ ਲੈ ਮੈਂ ਛੱਡ ਦਿੰਨਾ ਮੈਂ ਇਕਬਾਲ ਸਿੰਘ ਰਾਹੀਂ ਭੇਜਿਆ ਸੀ ਸਿੰਘ ਸਾਹਿਬ ਨੇ ਕਿਹਾ ਵੀ ਮੈਂ ਨਹੀਂ ਹਜੇ ਲੜਨਾ ਹੈ ਤੇ ਫੇਰ ਇਹਦਾ ਮਤਲਬ ਲੜਨ ਨੂੰ ਕੋਈ ਖੈਰਾ ਸਭ ਨੂੰ ਰੋਕਿਆ ਨਹੀਂ ਹੈ ਉਹ ਸਾਡੇ ਸਤਕਾਰਯੋਗਾ ਹੁਣ ਵੀ ਲੜਨਾ ਲੇ ਲਈ ਚੋਂ ਜਦੋਂ ਵੀ ਆਉਣਗੇ ਪਰ ਉਹਨੂੰ ਰੋਕਿਆ ਨਹੀਂ ਕਿਸੇ ਨੇ ਅੱਛਾ ਸੁਖਵੀਰ ਸਿੰਘ ਬਾਦਲ ਨੇ ਬੋਲਦੇ ਹੋਏ ਕਿਹਾ ਕਿ ਸੁਖਵੀਰ ਸਿੰਘ ਬਾਦਲ ਵੀ ਗੱਲ ਕਹਿੰਦੇ ਨੇ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨੇ ਅੰਬਰਤਪਾਲ ਕਿਵੇਂ ਬੰਦੀ ਸਿੰਘ ਹੋ ਗਿਆ ਹੁਣ ਸੁਖਵੀਰ ਸਿੰਘ ਬਾਦਲ ਦੀ ਗੱਲ ਨੂੰ ਬੜਾ ਸੀਰੀਅਸ ਨਾਲ ਲਿਆ ਕਰੋ ਉਹਦਾ ਕੋਈ ਪਤਾ ਨਹੀਂ ਕਦੋਂ ਕੀ ਬੋਲਣਾ ਹੈ ਕਦੋਂ ਕੀ ਬੋਲਣਾ ਹੈ ਤੇ ਉਹ ਦਰਸਲ ਜੇ ਮੰਨ ਲਓ ਅਮਰਤਪਾਲ ਬੰਦੀ ਸਿੰਘ ਨਹੀਂ ਫਿਰ ਸਖਬੀਰ ਬادله ਦੱਸੇ ਤੂੰ ਬੰਦੀ ਸਿੰਘ ਹੈ ਹੁਣ ਉਹ ਕਲੀਅਰ ਕਰਦੇ ਫਿਰ ਤੂੰ ਆ ਬੰਦੀ ਸਿੰਘ ਬਾਈ ਜੀ ਫਿਰ ਤੁਹਾਨੂੰ ਮੰਨ ਲੈਣੇ ਆ ਜੇ ਬੰਦੀ ਸਿੰਘ ਹੈਗੇ ਤਾਂ ਫਿਰ ਇਹ ਦਰਸਲ ਜਿਹੜਾ ਕਲੀਅਰ ਨੇ ਸਾਬਤ ਕਰ ਦਿੱਤਾ ਨਾ ਕਲੀਅਰ ਨੇ ਕਿਹਾ ਕਿ ਗੁਰੂ ਦੀ ਬੈਦਵੀ ਕਰਨ ਤੇ ਕਰਾਉਣ ਦੇ ਵਿੱਚ ਇਹਨਾਂ ਦਾ ਪੂਰਾ ਹੱਥ ਹੈ ਤੇ ਇਹ ਸਦਾ ਸਰਸੇ ਵਾਲੇ ਸਾਧ ਨੂੰ ਮਿਲਦੇ ਰਹੇ ਆ ਮੀਟਿੰਗਾਂ ਕਰਦੇ ਰਹੇ ਆ ਉਹ ਜਿਹੜਾ ਇਹਨਾਂ ਨੂੰ ਪ੍ਰਤੱਖ ਜਿਹੜਾ ਸੱਚਮੁਹ ਚੜ੍ਹ ਕੇ ਬੋਲਿਆ ਇਹ ਤਾਂ ਗੱਲ ਸੀ ਵੀ ਕਹਿੰਦੇ ਸੀ ਵੀ ਹਰਸ਼ ਧੂਰੀ ਨੂੰ ਫੜੋ ਪ੍ਰਦੀਪ ਬਰੇਟਾ ਨੂੰ ਫੜੋ ਤੇ ਇਹਨਾਂ ਸਾਰਿਆਂ ਨੂੰ ਫੜੋ ਅਸੀਂ ਤਾਂ ਕਹਿੰਦੇ ਸੀ ਹੁਣ ਉਹ ਜਦੋਂ ਗੱਲ ਜਗ ਜਾਰ ਹੋ ਗਈ ਉਸ ਗੱਲ ਨੂੰ ਰੋਲ ਲਈ ਸੁਖਵੀਰ ਸਿੰਘ ਬਾਦਲ ਜੀ ਕਹਿ ਰਹੇ ਨੇ ਕਿ ਇਹ ਕਿਹੜਾ ਬੰਦੀ ਸਿੰਘ ਹੈ ਤੇ ਇਹੋ ਜੇ ਇਲਜ਼ਾਮ ਤਰਾਸ਼ੀ ਕਰਕੇ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਉਹ ਪੰਬਲ ਪੂਸੇ ਦੇ ਵਿੱਚ ਪਾ ਕੇ ਉਹਦੇ ਸੁਰਖਰੂ ਹੋਣਾ ਚਾਹੁੰਦੇ ਆ ਜੇ ਹੁਣ ਸੁਖਵੀਰ ਸਿੰਘ ਬਾਦਲ ਪਰ ਸਾਡਾ ਜਥੇਦਾਰਤਾ ਚਲ ਕੌਮ ਦਾ ਜਿਹੜਾ ਸਰਬੱਤ ਖਾਲਸਾ ਨੇ ਚੁਣਿਆ ਉਹ ਤਾਂ ਭਈ ਜਗਤਾਰ ਸਿੰਘ ਹਵਾਰਾ 10 ਲੱਖ ਲੋਕਾਂ ਨੇ ਚੁਣ ਲਿਆ ਉਹ ਕੌਮ ਦਾ ਜਥੇਦਾਰ ਹੈ ਫਿਰ ਜੇ ਸੁਖਵੀਰ ਸਿੰਘ ਬਾਦਲ ਮੰਨ ਲੋ ਦੋਸ਼ੀ ਨਿਕਾਲ ਤੱਕ ਤੇ ਲੈਣ ਕੀ ਗਿਆ ਕਿਉਂ ਖਿਮਾ ਜਾਚਣਾ ਕਿਉਂ ਕਰਦਾ ਕਿ ਜੇ ਉਹਨੇ ਗੜਾ ਹੀ ਨਹੀਂ ਕੀਤਾ ਕਿਉਂ ਕੀਤੀ ਉੱਥੇ ਜਾ ਕੇ ਕਿਉਂ ਅਪੀਲ ਕੀਤੀ ਕਿਉਂ ਹੱਥ ਜੁੜੇ ਜੇ ਉਹ ਕੀਤਾ ਹੀ ਨਹੀਂ ਇਸ ਕਰਕੇ ਇਸ ਕਰਨ ਨਾਲ ਸੱਪ ਵੀ ਮਾਰਨਾ ਚਾਹੁੰਦਾ ਨਾਲੇ ਸੋਟੀ ਵੀ ਰੱਖਣਾ ਚਾਹੁੰਦਾ ਹੈ ਇਹ ਕਹਿੰਦਾ ਵੀ ਲੱਸੀ ਨੂੰ ਵੀ ਜਾਣਾ ਤੇ ਕੁਜਾ ਮਗਰ ਲਗਾਉਣਾ ਉਹ ਗੱਲ ਆ ਸੁਖਵੀਰ ਸਿੰਘ ਬਾਦਲ ਦੀ ਇਸ ਕਰਕੇ ਇਹ ਜਿਹੜੇ ਬੰਦੀ ਸਿੰਘਾ ਬੰਦੀ ਸਿੰਘ ਆ ਭਾਈ ਅਮਰਤਪਾਲ ਸਿੰਘ ਐ ਐਨਐਸਏ ਲੱਗੀ ਆ ਬੰਦੀ ਸਿੰਘਾ ਹੁਣ ਕੱਲ ਨੂੰ ਮੈਨੂੰ ਫੜ ਕੇ ਕਰ ਦੇਣ ਤੁਹਾਨੂੰ ਕਰ ਦੇਣ ਜਿਹੜਾ ਬੰਦਾ ਕੌਮ ਲਈ ਜਾਂਦਾ ਕਿਸੇ ਅਕੀਦੇ ਲਈ ਜਾਂਦਾ ਉਹ ਕੌਮ ਦੇ ਸਾਰੇ ਬੰਦੀ ਸਿੰਘਾ ਭਾਵੇਂ ਇੱਕ ਦਿਨ ਰਵੇ ਭਾਵੇਂ ਦੋ ਦਿਨ ਰਵੇ ਭਾਵੇਂ ਪੰਜ ਦਿਨ ਰਵੇ ਹੁਣ ਜੇਲ੍ਹ ਦੇ ਵਿੱਚ ਜਿਹੜੇ ਸਿੰਘ ਅਮਰਸਰ ਜੇਲ੍ਹ ਦੇ ਵਿੱਚ ਬੈਠੇ ਆ 26 27 ਸਿੰਘ ਉਹ ਵੀ ਸਾਡੇ ਬੰਦੀ ਸਿੰਘ ਹੈ ਜਿਹੜੇ ਹੋਰ ਨੌਜਵਾਨ ਪੁਲਿਸ ਸਵੇਰੇ ਸਾਨੂੰ ਫੜ ਕੇ ਲੈ ਜਾਂਦੀ ਹੈ ਉਹ ਭਾਵੇਂ 5 ਦਿਨ ਰੱਖਣ ਉਹ ਬੰਦੀ ਸਿੰਘ ਹੀ ਆ ਸਾਰੇ ਇਸ ਕਰਕੇ ਉਹਨਾਂ ਦੇ ਕਿਹੜੀ ਲੜਾਈ ਹੈ ਇਹ ਸਾਰਿਆਂ ਦੀ ਲੜਾਈ ਕੋਈ ਆਪਦੀ ਵਟਦੀ ਹੈ ਕੋਈ ਬੰਨੇ ਦੀ ਹੈ ਘਰ ਦੀ ਹੈ ਕੋਈ ਰੋਲੇ ਦੀ ਹੈ ਕੋਈ ਟਰਾਂਸਪੋਰਟ ਦੀ ਲੜਾਈ ਹੈ ਕੋਈ ਪਰਮਿਟ ਦੀ ਲੜਾਈ ਹੈ ਕੋਈ ਐਸਟੀ ਦੀ ਤਾਂ ਲੜਾਈ ਹੈ ਨਹੀਂ ਲੜਾਈ ਤਾਂ ਕੌਮ ਦੀ ਹੈ ਕੌਮ ਦੀ ਲੜਾਈ ਚ ਭਾਵੇਂ 1 ਦਿਨ ਰਵੇ ਭਾਵੇਂ 2 ਦਿਨ ਰਵੇ ਭਾਵੇਂ 5 ਦਿਨ ਰਵੇ ਭਾਵੇਂ 10 ਦਿਨ ਰਵੇ ਉਹ ਬੰਦੀ ਸਿੰਘ ਹੀ ਹੈ ਉਹ ਇੱਕ ਕਹਿੰਦੇ ਵਖਰੇ ਰਾਜ ਦੀ ਗੱਲ ਕਰਨ ਵਾਲੇ ਕਹਿੰਦੇ ਐਨੇ ਸਮੇਂ ਦੇ ਵਿੱਚ ਇੱਕ ਵਖਰਾ ਕਹਿੰਦੇ ਕਮਰਾ ਬਣਾ ਕੇ ਕਿ ਝੰਡਾ ਨਹੀਂ ਲਵਾ ਸਕੇ ਜਿਹੜੇ ਵਖਰੀ ਕੌਮ ਦੀ ਗੱਲ ਕਰਦੇ ਨੇ ਅੱਜ ਤੱਕ ਝੰਡੇ ਦੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਝੰਡੇ ਦਾ ਹਰੇਕ ਦੇ ਕ੍ਰਾਂਤੀ ਲੱਗੀ ਆ ਜੀ ਕਿਉਂ ਨਹੀਂ ਲੱਗੇ ਐਵੇਂ ਕਹੀ ਜਾਣਾ ਹੁਣ ਅਸੀਂ ਖਾਲਸੇ ਦਾ ਜਿਹੜਾ ਝੰਡਾ ਹੀ ਲਾਤਾ ਰਾਜ ਕਰੇਗਾ ਖਾਲਸਾ ਉਹ ਖਾਲਸੇ ਦਾ ਹੀ ਝੰਡਾ ਨਾ ਹੋਰ ਕੀ ਦਾ ਹੋਰ ਕੀ ਦਾ ਝੰਡਾ ਕੋਹਰ ਝੰਡਾ ਨਵਾ ਚਾਹੀਦਾ ਨਾਲੇ ਤਾਂ ਕਹਿੰਦੇ ਇੱਕੋ ਜਿਹਾ ਝੰਡਾ ਚਾਹੀਦਾ ਹੁਣ ਖਾਲਸੇ ਦਾ ਝੰਡਾ ਜਦੋਂ ਭਾਈ ਦਵਿੰਦਰਪੁਰ ਭੁੱਲਰ ਤੇ ਸਾਰੇ ਸਿੰਘਾਂ ਨੂੰ ਭਾਈ ਰਾਜਾ ਨੂੰ ਫਾਸੀ ਦੀ ਸਜ਼ਾ ਹੋ ਗਈ ਫਾਸੀ ਦੀ ਸਜ਼ਾ ਹੋ ਗਈ ਤੇ ਗਿਆਨੀ ਗੁਰਬਚਨ ਸਿੰਘ ਜੀ ਉਸ ਵੇਲੇ ਜਥੇਦਾਰ ਸਾਹਿਬ ਉਹ ਰਾਜਵਾਨ ਸਾਹਿਬ ਕੋਲ ਗਏ ਕਹਿੰਦੇ ਜੀ ਸਿੰਘ ਸਾਹਿਬ ਮੈਂ ਚੋਲਾ ਵੀ ਤੁਹਾਡੇ ਹੱਥੇ ਲੈ ਜਾਂਦਾ ਮੈਂ ਤੁਹਾਡੇ ਹੱਥੇ ਦਸਾਰ ਵੀ ਲੈ ਜਾਂਦੀ ਐ ਤੁਸੀਂ ਅਮਰਸ਼ਕ ਇੱਕ ਸਹਾਰਾ ਕਮਰ ਕਸਾ ਲਾ ਕੇ ਜਕਾਰਾ ਮਾਰ ਕੇ ਫਾਸੀ ਤੇ ਬਹਿ ਜਾਣਾ ਚੜ ਜਾਨਾ ਤੇ ਜੇ ਕਾਰੇ ਮਾਰਨੇ ਪੰਜ ਤੇ ਫਿਰ ਕੌਮ ਨੇ ਕਿਹਾ ਨਾ ਫਾਸੀ ਤੋਂ ਡਰਦੇ ਨਹੀਂ ਉਦੋਂ ਰਾਜ ਸਰਕਾਰ ਕੀ ਦੀ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਉਂ ਨਹੀਂ ਕਿਹਾ ਕਿ ਮੈਂ ਫਾਸੀ ਲੱਗ ਨਹੀਂ ਦਿੰਦਾ ਤੇ ਫਿਰ ਅਸੀਂ ਕੀ ਕੀਤਾ ਸ਼ਹੀਦਾਂ ਦੇ ਗੁਰਦੁਆਰੇ ਅਸੀਂ ਇਕੱਠ ਕੀਤਾ ਜਿੱਦੇ ਮੈਂ ਵੀ ਸ਼ਾਮਲ ਸੀ ਜਾਰੇ ਪੰਥਕ ਜਥੇਬੰਦੀਆਂ ਇਕੱਠੀਆਂ ਹੋਈਆਂ ਉੱਥੇ ਕਿਹਾ ਭਾਈ ਅਸੀਂ ਫਾਸੀ ਤੋਂ ਡਰਦੇ ਨਹੀਂ ਪਰ ਅਸੀਂ ਫਾਸੀ ਨਹੀਂ ਲੱਗਣ ਦੇਵਾਂਗੇ ਉਦੋਂ ਫਿਰ 1 ਮਾਰਚ ਕੱਢਿਆ ਅਕਾਲ ਤਖਤ ਸਭ ਤੋਂ ਕਹਿੰਦੇ ਜੇਲ੍ਹ ਚੱਲਣਾ ਦੂਜਾ ਮਾਰਚ ਕੱਢਿਆ ਅਸੀਂ ਅਨੰਦਪੁਰ ਸਭ ਤੋਂ ਜੇਲ੍ਹ ਨੂੰ ਤੇ ਫਿਰ ਤੀਜਾ ਮਾਰਚ ਨੰਮ ਨੰਮਾ ਸਾਹਬ ਤੋਂ ਤੇ ਸਾਰੇ ਸਿੰਘਾਂ ਨੂੰ ਫੜ ਕੇ ਤੇ ਅਸੀਂ ਐਲਾਨ ਕੀ ਕੀਤਾ ਵੀ ਕੇਸਰੀ ਝੰਡੇ ਲਾ ਲੋ ਤੇ ਜਕਾਰੇ ਛੜੋ ਜੇਲ੍ਹ ਨੂੰ ਨਿਕਲਾਂਗੇ ਸਿੱਖ ਕੌਮ ਚ ਲਾਲਾ ਲਾਲਾ ਹੋਗੀ ਚੜਦੀ ਕਲਾ ਹੋਗੀ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਭੱਜਣਾ ਪਿਆ ਤੇ ਫਿਰ ਫਾਸੀ ਦੇ ਹੁਕਮਾਂ ਤੋਂ ਲਾਲਿਆ ਤੇ ਜਾਖੜ ਸਾਹਿਬ ਵੀ ਕਹਿੰਦੇ ਜਿਹੜੇ ਜੇਲ੍ਹਾਂ ਦੇ ਡੀਆਈਜੀ ਸੀ ਉਹ ਕਹਿੰਦਾ ਮੈਂ ਫਾਸੀ ਲਾਉਣੀ ਹੀ ਇਥੋਂ ਤੱਕ ਕੌਮ ਤਿਆਰ ਕੀਤੀ ਸੀ ਜੇ ਭਾਈ ਅਸੀਂ ਨਾਂ ਬੋਲਦੇ ਇਸੇ ਤਿੱਕੇ ਦਵਿੰਦਰ ਭਰਪੁਰ ਨੂੰ ਫਾਸੀ ਦੇਈ ਤੇ ਜਦੋਂ ਹੁਕਮ ਹੋਇਆ ਉਦੋਂ ਫਿਰ ਅਸੀਂ ਲੱਖ ਸੈਨ ਕਰਾ ਕੇ ਗਏ ਫਾਸੀ ਰੋਗੀ ਫਿਰ ਜਦੋਂ ਜਦ ਲਗਾਤਾਰ ਗਏ ਤੇ ਫਾਸੀ ਤੋਲਾ ਲਿਆ ਕੌਮ ਦੇ ਵਿੱਚ ਐਡੀ ਵੱਡੀ ਇਹ ਲੜਾਈ ਦੱਸੋ ਪ੍ਰਕਾਸ਼ ਸਿੰਘ ਬਾਦਲ ਨੇ ਲੜੀਆ ਇਹ ਸੁਖਵੀਰ ਸਿੰਘ ਬਾਦਲ ਨੇ ਲੜੀਆ ਇਹ ਕਿੰਨਾਂ ਨੇ ਲੜੀਆ ਆ ਜਿਹੜੇ ਸਾਰੇ ਸਿੰਘ ਸਾਡੇ ਸੰਘਰਸ਼ੀ ਉਹਨਾਂ ਨੇ ਲੜੀਆ ਵੇਖੋ ਐਡੀ ਵੱਡੀ ਲੜਾਈ ਲੜੀਆ ਨਾ ਸਾਡੇ ਕੋਲ ਰਾਜ ਨਾ ਭਾਗ ਨਾ ਫੌਜ ਨਾ ਟੈਂਕ ਨਾ ਟੈਲੀਰੀ ਨਾ ਅੰਫੰਟਰੀ ਨਾ 에ਰ ਨਾ ਵਾਜੂ ਸੈਨਾ ਨਾ ਜਲ ਸੈਨਾ ਨਾ ਥਲ ਸੈਨਾ ਸਾਡੇ ਕੋਲੇ ਕੀ ਸੀ ਸਾਡੀ ਕੌਮ ਸੀ ਤੇ ਫਿਰ ਕਹਿੰਦਾ ਜਿਹੜਾ ਸੈਸ਼ਨ ਜੱਜ ਕਹਿੰਦਾ ਰਾਜੋਵਾਨੇ ਨੂੰ ਫਾਸੀ ਦੇ ਟੰਗ ਦਿਓ ਰਾਜੋਵਾਨਾ ਸਾਹਿਬ ਨੂੰ ਟੰਗ ਦਿਓ ਹਾਈ ਕੋਰਟ ਕਹਿੰਦੀ ਟੰਗ ਦਿਓ ਸਪਰੀਮ ਕੋਰਟ ਕਹਿੰਦੀ ਦੋਨਾਂ ਨੂੰ ਟੰਗ ਦਿਓ ਰਾਸ਼ਟਰਪਤੀ ਕਹਿੰਦਾ ਟੰਗ ਦਿਓ ਫਿਰ ਅਪੀਲ ਪਾਈ ਕਹਿੰਦਾ ਟੰਗ ਦਿਓ ਹੋਮ ਮਿਨਿਸਟਰੀ ਕਹਿੰਦੀ ਟੰਗ ਦਿਓ ਤੇ ਫਿਰ ਕਹਿੰਦੇ ਜਲਾਦ ਤਿਆਰ ਕਰ ਲੋ ਤੇ ਫਿਰ ਕਾਮ ਉੱਠ ਖੜੀ ਤੇ ਕਾਮ ਨੇ ਬਿਨਾਂ ਰਾਜ ਭਾਗ ਤੋਂ ਭਾਈ ਉਹਨਾਂ ਨੂੰ ਫਾਸੀ ਤੇ ਲਵਾ ਲਿਆ ਕਾਮ ਦੇ ਵਿੱਚ ਐਡੀ ਵੱਡੀ ਸ਼ਕਤੀ ਹੈ ਇਹ ਬਿਨਾਂ ਰਾਜ ਤੋਂ ਆ ਬੈਠੇ ਜਿਹੜੇ ਸਿੰਘ ਹੈ ਸਾਰੀ ਟੀਮ ਭਾਈ ਗੁਰਦੀਪ ਸਿੰਘ ਬਠਿੰਡਾ ਹੋ ਗਏ ਇਸ ਸਾਰੇ ਉਹ ਤੋਂ ਲੜਿਆ ਭਾਈ ਦਾਦੂ ਵਾਲ ਸਾਹਿਬ ਵੀ ਉਹਦੇ ਵਿੱਚ ਸੀਗੇ ਉਹਦੇ ਵਿੱਚ ਰੋਡੇ ਸਾਹਿਬ ਵੀ ਉਹਦੇ ਵਿੱਚ ਸੀਗੇ ਉਹਦੇ ਵਿੱਚ ਸਾਰੇ ਸੀਗੇ ਉਹਦੇ ਵਿੱਚ ਸਾਰੇ ਸਾਰਾ ਮੌਕਸਮ ਮੇਰੀ ਹੋ ਰਹੀ ਸੀ ਸਾਰੀ ਟੀਮ ਉਹ ਤੋਂ ਪੰਥ ਕੌਮ ਦੀ ਜਿਹੜੀ ਹੈ ਉਹਦੇ ਵਿੱਚ ਲੜੀ ਹੈ ਤੇ ਫਿਰ ਇਹ ਕਹਿ ਦੇਣਾ ਫਿਰ ਇਹ ਲੜਾਈ ਇਹਨਾਂ ਲੜੀ ਹੈ ਇਹ ਤਾਂ ਕੱਲ ਨੂੰ ਕਹਿ ਦੇਣਗੇ ਜਿਸ ਜਿਹੜਾ ਸੱਚੀ ਗੱਲ ਕਹਿ ਦੂਗਾ ਸੁਖਵੀਰ ਸਿੰਘ ਬਾਦਲ ਤਾਂ ਕਹਿ ਦੇਣਗੇ ਬੰਦੀ ਨਹੀਂ ਜਿਹੜਾ ਸੱਚੀ ਗੱਲ ਕਹੂਗਾ ਜੇ ਕਲ ਨੂੰ ਰਾਜਵਾਨਾ ਸਾਹਿਬ ਕਹੈ ਦੇਣ ਸੱਚੀ ਗੱਲ ਜਾਂ ਹਵਾਰਾ ਸਾਹਿਬ ਸੱਚੀ ਗੱਲ ਕਹਿ ਦੇਣ ਅਸਲ ਨੂੰ ਅਸਲ ਕਹਿ ਦੇਣ ਫੇਰ ਕਹਿਣਗੇ ਬੰਦੀ ਸਿੰਘ ਨਹੀਂ ਹੈ ਤੇ ਜੇ ਇਹਨਾਂ ਦੇ ਪੱਖ ਦੀ ਕੋਈ ਗੱਲ ਕਰਦੇ ਉਹ ਕਹਿੰਦੇ ਹਾਂ ਇਹ ਬੰਦੀ ਸਿੰਘ ਹੈ ਇਸ ਕਰਕੇ ਇਹੋ ਜਿਹੀਆਂ ਗੱਲਾਂ ਨਹੀਂ ਕੌਮ ਵੱਡੀ ਹੁੰਦੀ ਆ ਬੰਦਾ ਕੋਈ ਨਹੀਂ ਵੱਡਾ ਪਾਰਟੀ ਵੱਡੀ ਨਹੀਂ ਹੁੰਦੀ ਕੌਮ ਵੱਡੀ ਹੁੰਦੀ ਐ ਇਸ ਕਰਕੇ ਕੌਮ ਨੂੰ ਵੱਡਾ ਕਰਕੇ ਕੰਮ ਕਰਨਾ ਚਾਹੀਦਾ ਇਸ ਕਰਕੇ ਕੌਮ ਨੂੰ ਸਾਡੇ ਸਾਰਿਆਂ ਨੂੰ ਗਲਾਸ ਪਾਣੀ ਦਾ ਅੱਦਾ ਖਾਲੀ ਨਹੀਂ ਚਾਹੀਦਾ ਚਾਹੀਦਾ ਅੱਦਾ ਭਰਿਆ ਕਹਿਣਾ ਚਾਹੀਦਾ ਇਸ ਕਰਕੇ ਕੌਮ ਨੂੰ ਇਸ ਸੁੱਚ ਮੇਲਿਆਂ ਚੋਂ ਕੱਢਣਾ ਚਾਹੀਦਾ ਦੁਬਦ ਚ ਨਹੀਂ ਪਾਉਣਾ ਚਾਹੀਦਾ ਇਸ ਕਰਕੇ ਪੰਥ ਦੀ ਲੜਾਈ ਲੜੀ ਐ ਤੇ ਲੜਦੇ ਰਹਾਂਗੇ ਤੇ ਇਹ ਜਿਹੜੇ ਬੰਦੀ ਸਿੰਘਾ ਉਹਨਾਂ ਦੀ ਅਸਲ ਲੜਾਈ ਇਹ ਲੜੀ ਐ ਤੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਨੇ ਇਨ੍ਹਾਂ ਸਿੰਘਾਂ ਨੂੰ ਅੰਦਰ ਰੱਖਣ ਦੇ ਵਿੱਚ ਕਸਰ ਕੋਈ ਨਹੀਂ ਛੱਡੀ ਤੇ ਹੁਣ ਪੰਥ ਕੌਮ ਦਾ ਦਬਾਅ ਬਦਲ ਗਿਆ ਐ ਇਹ ਗਿਰਗਟ ਵਾਂਗ ਰੰਗ ਬਦਲ ਗਏ ਨੇ ਤੇ ਜਿਹੜੀ ਬੋਲੀ ਪੰਥ ਬੋਲਦਾ ਸੀ ਅਸੀਂ ਬੋਲਦੇ ਸੀ ਹੁਣ ਉਹ ਬੋਲੀ ਬੋਲਣ ਲੱਗ ਜਿਆ ਅਸੀਂ ਤਾਂ ਕਹਿੰਦੇ ਅਸੀਂ ਜਿੱਤ ਗਏ ਜਿਹੜੀ ਬੋਲੀ ਅਸੀਂ ਬੋਲਦੇ ਸੀ ਇਹ ਹੁਣ ਰਾਜ ਸਤਾ ਤੋਂ ਪਾਸੇ ਹੋ ਕੇ ਬੀਜੇਪੀ ਤੋਂ ਪਾਸੇ ਹੋ ਕੇ ਡਰਾਮਾ ਕਰਕੇ ਇਹ ਕਹਿ ਰਹੇ ਅੱਜ ਵੀ ਇਹ ਬੀਜੇਪੀ ਦੇ ਨਾਲ ਹੀ ਆ ਐਵੇਂ ਝੂਠ ਬੋਲਦਾ ਪਿੱਛੇ ਰਾਸ਼ਟਰਪਤੀ ਦੀਆਂ ਵੋਟਾਂ ਪਈਆਂ ਪਿੱਛੇ ਪਈਆਂ ਕਿ ਨਹੀਂ ਬੀਬਾ ਜੀ ਹਰਸਿਮਰਤ ਕੌਰ ਨੇ ਤੇ ਸਰਦਾਰ ਸੁਖਵੀਰ ਸਿੰਘ ਵੱਦਲੇ ਉਹਨਾਂ ਨੇ ਵੋਟ ਪਾਈ ਪਈਆਂ ਨਾ ਤਾਂ ਫਿਰ ਇਸ ਕਰਕੇ ਲੋਕਾਂ ਦੇ ਅੱਖਾਂ 'ਚ ਕੱਟਾ ਪਾ ਲਿਆ ਹੋਰ ਥੋੜੇ ਚਿਰ ਬਾਅਦ ਕਹਿਣਗੇ ਕਿ ਹਾਂ ਜੀ ਮੋਦੀ ਸਾਹਿਬ ਬੜੇ ਚੰਗੇ ਸੀ 750 ਕਿਸਾਨਾਂ ਦੇ ਵਿੱਚ ਉਹਦੋਂ ਕਹਿੰਦੇ ਸੀ ਹੁਣ ਕਿਸਾਨਾਂ ਦੇ ਹਮਾਇਤੀ ਬਣੇ ਬੈਠੇ ਆ ਉਹਦੋਂ ਕਹਿੰਦੇ ਸੀ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਸੁਖਵੀਰ ਸਿੰਘ ਬਾਦਲ ਵੀ ਕਹਿੰਦੇ ਸੀ ਵੀ ਬਾਹਰ ਸਮਰਥ ਵੀ ਕਹਿੰਦੇ ਸੀ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਆ ਨਾ ਮੋਦੀ ਸਾਹਿਬ ਨੇ ਬਹੁਤ ਅੱਛਾ ਬਹੁਤ ਚੰਗਾ ਤੇ ਕਿਸਾਨ ਆ ਜਿਹੜੇ ਇਹਨਾਂ ਨੂੰ ਤਾਂ ਸਮਝਿਆ ਨਹੀਂ ਐਵੇਂ ਰੋਲਾ ਪਾਈ ਜਾਂਦੇ ਆ ਤੇ ਹੁਣ ਕਹਿੰਦੇ ਮੋਦੀ ਸਾਹਿਬ ਬਹੁਤ ਮਾੜੇ ਕਿਸਾਨ ਬੜੇ ਚੰਗੇ ਆ ਇਸ ਕਰਕੇ ਗਿਰਗੜਵਾਂਗ ਰੰਗ ਬਦਲ ਗਿਆ ਪਰ ਲੋਕਾਂ ਨੂੰ ਸਾਰਾ ਕੁਝ ਪਤਾ ਹੈ ਤੇ ਸੱਚ ਸੱਚ ਰਹਿੰਦਾ ਮਹਾਰਾਜ ਕੀ ਕਹਿੰਦਾ ਕੋਡ ਨੂੰ ਕ ਉੜ ਸੱਚ ਰਹੀ ਕਿਸੇ ਨੂੰ ਰੋਲਾਪ ਕਰਕੇ ਝੂਠਾ ਪ੍ਰਚਾਰ ਕਰਕੇ ਗਮਰਾਹ ਕਰਨ ਪ੍ਰਚਾਰ ਕਰਕੇ ਆਪਣੇ ਸੋਰਸਾਂ ਦੀ ਵਰਤੋਂ ਕਰਕੇ মিডিਏ ਦੇ ਉੱਤੇ ਤਰੀਕੇ ਨਾਲ ਲਿਆ ਕੇ ਤੇ মিডিਏ ਦਾ ਜਿਆਦਾ ਪ੍ਰਭਾਵ ਬਣਾ ਕੇ ਆਪਣੇ ਪੱਖੀ মিডিਆ ਬਣਾ ਕੇ ਕੌਮ ਨੂੰ ਨਾ ਤਾਂ ਨੀਵਾ ਕੀਤਾ ਜਾ ਸਕਦਾ ਨਾ ਕੁਰਬਾਨੀ ਨੂੰ ਅੱਖੋਂ ਪਰੋਖੇ ਕੀਤਾ ਜਾਤਾ ਕੌਮ ਸਾਰਾ ਕੁਝ ਜਾਣਦੀ ਹੈ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੀਦਾ ਸਾਡੀ ਕੌਮ ਨੂੰ ਆਪਣੀ ਕੌਮ ਦਾ ਸੋਚਣਾ ਚਾਹੀਦਾ ਹੈ ਇਹ ਨਵਾਬਾਦਾਂ ਬੁੱਦਾਂ ਚ ਨਿੱਕੇ ਨਿੱਕੇ ਪਾ ਕੇ ਆਪਣੀ ਕੌਮ ਦਾ ਜਿਹੜਾ ਮਿਆਰ ਉਹ ਛੋਟਾ ਨਹੀਂ ਕਰਨਾ ਚਾਹੀਦਾ। ਇਹ ਸੀ ਜਸਕਰ ਸਿੰਘ ਕਾਨ ਸਿੰਘ ਹਲਾ ਤੁਸੀਂ ਜੁੜੇ ਰਹੋ ਲੋਕ ਰਾਏ ਟੀਵੀ ਦੇ ਨਾਲ ਧੰਨਵਾਦ।